पटियाला ਦੇ ਵਿੱਚ ਇੱਕ ਚੌਥੀ ਕਲਾਸ ਦੇ ਵਿਦਿਆਰਥੀ ਦੇ ਵੱਲੋਂ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਸ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਉੱਥੇ ਦੱਸਦੀ ਹੈ ਕਿ ਘਟਨਾ ਪਟਿਆਲਾ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਬੱਚਾ ਜਿਸਦੀ ਉਮਰ 11 ਸਾਲ ਹੈ, ਉਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ। ਹਾਲਾਂਕਿ ਕਿਉਂ ਉਸ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਹੈ। ਉੱਥੇ ਪਰਿਵਾਰ ਦੇ ਵੱਲੋਂ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਬੱਚਾ ਉਹਨਾਂ ਦਾ ਵੀਡੀਓ ਗੇਮ ਖੇਡਣ ਦਾ ਆਦੀ ਸੀ। ਗੇਮ ਉਸ ਦੇ ਵੱਲੋਂ ਖੇਡੀ ਜਾਂਦੀ ਸੀ ਜੋ ਕਿ ਕਾਫੀ ਡਰਾਵਨੀ ਸੀ। ਹੋ ਸਕਦਾ ਹੈ ਪਰਿਵਾਰ ਨੂੰ ਸ਼ੱਕ ਹੈ ਕਿ ਬੱਚਾ ਉਸ ਨੂੰ ਲੈ ਕੇ ਡਿਪਰੈਸ਼ਨ ਦੇ ਵਿੱਚ ਹੋਵੇ, ਜਿਸ ਕਾਰਨ ਉਸ ਦੇ ਵੱਲੋਂ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ। ਉੱਥੇ ਦੱਸਦੀ ਕਿ ਫਿਲਹਾਲ ਇਸ ਸੰਬੰਧੀ ਪੂਰੀ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਹੈ। ਉੱਥੇ ਦੱਸਦੀ ਕਿ ਬੱਚਾ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਬੱਚਾ ਵੀਡੀਓ ਗੇਮ ਖੇਡਦਾ ਹੋਇਆ ਸਟੋਰ ਰੂਮ ਦੇ ਵੱਲ ਚਲਿਆ ਜਾਂਦਾ। ਉਸ ਤੋਂ ਬਾਅਦ ਉਹ ਕਾਫੀ ਸਮਾਂ ਬਾਅਦ ਨਹੀਂ ਨਿਕਲਦਾ ਤੇ ਪਰਿਵਾਰ ਨੂੰ ਸ਼ੱਕ ਹੁੰਦਾ। ਉਸ ਤੋਂ ਬਾਅਦ ਪਰਿਵਾਰ ਸਟੋਰ ਰੂਮ ਦੇ ਵਿੱਚ ਪਹੁੰਚਦਾ ਤੇ ਇੱਥੇ ਬੱਚੇ ਦੀ ਮ੍ਰਿਤਕ ਦੇ ਚੁੰਨੀ ਦੇ ਨਾਲ ਲਿਪਟੀ ਹੋਈ ਲਟਕੀ ਹੋਈ ਮਿਲਦੀ ਹੈ। ਉਸ ਤੋਂ ਬਾਅਦ ਪਰਿਵਾਰਿਕ ਮੈਂਬਰ ਬੱਚੇ ਦੀ ਮ੍ਰਿਤਕ ਦੇ ਨੂੰ ਉੱਥੋਂ ਉਤਾਰ ਕੇ ਹਸਪਤਾਲ ਲਿਜਾਉਂਦੇ ਨੇ। ਹਸਪਤਾਲ ਦੇ ਵਿੱਚ ਡਾਕਟਰਸ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤੇ ਉੱਥੇ ਦੱਸਦੀ ਹੈ ਕਿ ਮੌਕੇ ਤੇ ਪੁਲਿਸ ਅਧਿਕਾਰੀ ਵੀ ਪਹੁੰਚੇ ਨੇ। ਪੁਲਿਸ ਅਧਿਕਾਰੀਆਂ ਦੇ ਵੱਲੋਂ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਕੇ ਬੱਚੇ ਦੀ ਮ੍ਰਿਤਕ ਦੇ ਜਿਹੜੀ ਹੈ ਪਰਿਵਾਰ ਨੂੰ ਸੌਂਪ ਦਿੱਤੀ ਹੈ। ਉੱਥੇ ਦੱਸਦੀ ਹੈ ਕਿ 11 ਸਾਲ ਦੇ ਮਾਸੂਮ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉੱਥੇ ਦੱਸਦੀ ਹੈ ਕਿ ਮ੍ਰਿਤਕ ਬੱਚੇ ਦੀ ਪਛਾਣ ਕਰਨ ਯਾਦਵ ਦੱਸੀ ਜਾ ਰਹੀ ਹੈ ਜੋ ਕਿ 11 ਸਾਲ ਦਾ ਸੀ ਤੇ ਫਿਲਹਾਲ ਉਸਦੇ ਵੱਲੋਂ ਕਿਉਂ ਖੁਦਕੁਸ਼ੀ ਕੀਤੀ ਗਈ ਉਸਦੀ ਜਾਣ ਕਿਵੇਂ ਗਈ ਇਸ ਸੰਬੰਧੀ ਪੂਰੀ ਜਾਣਕਾਰੀ ਜਿਹੜੀ ਹੈ ਸਾਹਮਣੇ ਨਹੀਂ ਆ ਪਾਈ ਹੈ। ਤੁਸੀਂ ਵੀ ਸੁਣੋ ਇਸ ਸੰਬੰਧੀ ਬੱਚੇ ਦੇ ਪਰਿਵਾਰਿਕ ਮੈਂਬਰ ਕੀ ਜਾਣਕਾਰੀ ਦੇ ਰਹੇ ਹੋ। ये रात में जब भी इसके पापा आते थे, पापा से जबरदस्ती फोन ले लेता था। ये गेम तो खेलता ही खेलता था, जितना देर इसने एक घंटा खेलना आधा घंटा खेलना। उस गेम में एक शायद डरावनी गेम भी थी भूत वाली, जो रोज खेलता था। उसको नन नाम है उस गेम का। अपने बच्चों सबको सबको दूर रखना चाहिए, वो गेम होनी नहीं चाहिए। सबको साथ कर देते हैं नन, लेवल नन है उस गेम का नाम। तो दूर रहना चाहिए उस गेम से, बहुत डरावनी गेम है वो। हो सकता है उसके कारण उसने ये कदम हो सकता है, कुछ कह नहीं सकते हम भी, पूरा पक्का नहीं है। लेकिन और रोज वो गेम खेलता ही खेलता था। सो कौन सी क्लास में पढ़ता था वो? पढ़ता था फिफ्थ क्लास में। कौन से स्कूल में? अपने नेशनल स्कूल में जो है नी यहाँ पे, उसी स्कूल में पढ़ता था। बच्चा पढ़ने में कैसा था? ट्यूशन भी जाता था, सब कुछ करता था। और कितने भाई बहन उसके? उसके एक सबसे छोटा वाला भाई है, एक उसकी बहन है खुशबू, और एक वो करण। पटियाला ਦੇ ਵਿੱਚ ਇੱਕ ਚੌਥੀ ਕਲਾਸ ਦੇ ਵਿਦਿਆਰਥੀ ਦੇ ਵੱਲੋਂ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਸ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਉੱਥੇ ਦੱਸਦੀ ਹੈ ਕਿ ਘਟਨਾ ਪਟਿਆਲਾ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਬੱਚਾ ਜਿਸਦੀ ਉਮਰ 11 ਸਾਲ ਹੈ, ਉਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ। ਹਾਲਾਂਕਿ ਕਿਉਂ ਉਸਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਹੈ। ਉੱਥੇ ਪਰਿਵਾਰ ਦੇ ਵੱਲੋਂ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਬੱਚਾ ਉਹਨਾਂ ਦਾ ਵੀਡੀਓ ਗੇਮ ਖੇਡਣ ਦਾ ਆਦੀ ਸੀ। ਗੇਮ ਉਸਦੇ ਵੱਲੋਂ ਖੇਡੀ ਜਾਂਦੀ ਸੀ ਜੋ ਕਿ ਕਾਫੀ ਡਰਾਵਨੀ ਸੀ। ਹੋ ਸਕਦਾ ਹੈ ਪਰਿਵਾਰ ਨੂੰ ਸ਼ੱਕ ਹੈ ਕਿ ਬੱਚਾ